ਪੰਜਾਬ ਵਿੱਚ ਚੱਲ ਰਹੇ ਕਰਫਿਊ ਦੌਰਾਨ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹੈ, ਜਿਸ ਦੇ ਤਹਿਤ ਕਈ ਸੰਸਥਾਵਾਂ ਅਤੇ ਪੁਲਿਸ ਵੱਲੋਂ, ਕਈ ਸਮਾਜ ਸੇਵੀ ਲੋਕਾਂ ਅਤੇ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਵੱਲੋਂ ਗਰੀਬ ਲੋਕਾਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਮਾਨਵ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਵੀ 200 ਦੇ ਕਰੀਬ ਪਰਿਵਾਰਾਂ ਨੂੰ ਇਹ ਰਾਸ਼ਨ ਪਹੁੰਚਾਇਆ ਗਿਆ, ਜਿਸ ਦੇ ਲਈ ਉਹਨਾਂ ਦੇ ਨਾਲ ਥਾਣਾ ਛਿਆਟਾ ਮੁਖੀ ਮੈਡਮ ਰਾਜਵਿੰਦਰ ਕੌਰ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਅਤੇ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਰਾਸ਼ਟਰੀ ਚੇਅਰਮੈਨ ਡਾਕਟਰ ਹਰੀਸ਼ ਕੁਮਾਰ ਹੀਰਾ ਅਤੇ ਉਹਨਾਂ ਦੇ ਸਾਥੀਆਂ ਨੇ ਅੱਜ ਕਰੀਬ 200 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਅਤੇ ਉਹਨਾਂ ਨੇ ਕਿਹਾ ਕਿ ਉਹ ਹਰਦਮ ਗਰੀਬ ਪਰਿਵਾਰਾਂ ਅਤੇ ਜ਼ਰੂਰਤਮੰਦ ਲੋਕਾਂ ਦੇ ਨਾਲ ਹੈ। ਅਗਰ ਹੋਰ ਵੀ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਚੇਅਰਮੈਨ ਮਾਨਵ ਅਧਿਕਾਰ ਸੰਘਰਸ਼ ਕਮੇਟੀ ਇੰਡੀਆ, ਅੱਜ ਸਾਡੇ ਸੰਗਠਨ ਵੱਲੋਂ, ਮਾਨਵ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਗਰੀਬ ਪਰਿਵਾਰ ਦੇ ਜਿਹੜੇ ਲੋੜਵੰਦ ਜ਼ਰੂਰਤ ਪਰਿਵਾਰ ਦੇ ਵਿਅਕਤੀ ਨੇ ਉਹਨਾਂ ਨੂੰ ਆਪਣੇ ਨਿਵਾਸ ਸਥਾਨ ਪ੍ਰੇਮ ਗਲੀ ਛਿਆਟਾ ਵਿਖੇ ਰਾਸ਼ਨ ਦਿੱਤਾ ਗਿਆ। ਔਰ ਅਸੀਂ ਲੋਕਾਂ ਗਾੜੀ ਅਪੀਲ ਕਰਦੇ ਹਾਂ ਜੀ, ਇਹ ਜਿਹੜੀ ਕਰੋਨਾ ਦੀ ਬਿਮਾਰੀ ਚੱਲੀ ਹੈ ਇਹਦੇ ਤੋਂ ਆਪਣਾ ਬਚਾਅ ਕਰਨ, ਮਾਸਕ ਵਗੈਰਾ ਪਾ ਕੇ ਰੱਖਣ, ਇੱਕ ਦੂਜੇ ਤੋਂ ਵੱਖਰਾ ਰੱਖਣ। ਅਸੀਂ ਇਸੇ ਜਿੰਨੇ ਆਪਣੇ ਲਾਗੇ ਛਾਗੇ ਨੇ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਹ ਤੋਂ ਬਚਾਅ ਕਰਨ। ਜਿਹੜਾ ਸਾਡਾ ਸੰਗਠਨ ਆ ਜੀ, ਜਲੰਧਰ, ਲੁਧਿਆਣਾ, ਮੋਗਾ, ਹਰ ਸਾਡਾ ਪੰਜਾਬ 'ਚ, ਪੂਰੇ ਪੰਜਾਬ 'ਚ ਸਾਡੇ ਜਿੱਥੇ ਜਿੱਥੇ ਸੰਸਥਾ ਆ ਇਹਨਾਂ ਦੇ ਆਫਿਸ ਨੇ, ਉੱਥੇ ਉੱਥੇ ਰਾਸ਼ਨ ਦੇ ਰਹੇ ਹਾਂ ਜੀ। ਅਸੀਂ ਭੁੱਖਾ ਨਾ ਰਹੇ ਜੀ। ਕਹਿੰਦੇ ਆ ਕਿ ਪੁਲਿਸ ਪ੍ਰੇਮ ਵਾਲੀ ਗਲੀ ਜਿਹੜੀ ਚੌਂਕੀ ਦੇ ਨਾਲ ਦੀ ਗਲੀ ਆ, ਅਤੇ ਮਾਨਵ ਅਧਿਕਾਰ ਜਿਹੜੇ ਹੈਗੇ ਨੇ ਸਾਡੇ, ਹਰੀਸ਼ ਜੀ ਅਧਿਕਾਰ ਦੇ ਮੈਂਬਰ ਨੇ, ਹਰੀਸ਼ ਜੀ ਹੋਣੀ ਸਾਡੇ, ਬਹੁਤ ਅੱਛੇ ਇਨਸਾਨ ਨੇ। ਇਹਨਾਂ ਨੇ ਵੇਖੋ ਵੈਰੀਫਾਈ ਕੀਤਾ ਹੋਇਆ ਹੈ ਕਿ ਜਿਨ੍ਹਾਂ ਇਨਸਾਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆ ਉਹਨਾਂ ਨੂੰ ਹੀ ਦਿੱਤਾ ਜਾਵੇ, ਨਾ ਕਿ ਵਾਰ ਵਾਰ ਲੋਕ ਜਿਹੜੇ ਆ ਰਿਪੀਟ ਕਰ ਜਾਣ। ਬਹੁਤ ਵਧੀਆ ਗੱਲ ਆ, ਮੈਂ ਐਪਰੀਸ਼ੀਏਟ ਕਰਦੀ ਹਾਂ ਇਹਨਾਂ ਨੂੰ ਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਦੇ ਨੇ ਲੋਕ। 500 ਲੋਕਾਂ ਵਾਸਤੇ ਇਹਨਾਂ ਨੇ ਜਿਹੜਾ ਰਾਸ਼ਨ ਤਿਆਰ ਕੀਤਾ ਇਹਨਾਂ ਦੀ ਕਮੇਟੀ ਨੇ। ਮੈਂ ਫਿਰ ਲੋਕਾਂ ਨੂੰ ਵੀ ਅਪੀਲ ਕਰਾਂਗੀ, ਪਿੱਛੇ ਵੀ ਕਰਕੇ ਆਈ ਹਾਂ ਧੱਕਾ ਕਲੋਨੀ ਜਦੋਂ ਆਪਾਂ ਗਏ ਸੀਗੇ, ਮੈਂ ਕਿਹਾ ਕਿ ਆਪਣੇ ਜਦੋਂ ਘਰ 'ਚ ਸਵਾਣੀਆਂ ਕੰਮ ਕਰਦੀਆਂ ਨੇ ਨਾ, ਘਰ ਦਾ ਕੰਮ ਵੀ ਕਰਦੀਆਂ ਨੇ, ਅਤੇ ਆਪਣਾ ਫੇਸ ਢੱਕ ਕੇ ਰੱਖਣ। ਜਿਹੜੇ ਵੀ ਆਪਾਂ ਲੰਘਦੇ ਨੇ ਘਰ ਦੇ ਵਿੱਚ ਬੈਠਦੇ ਹਾਂ, ਚਾਹੇ ਆਪਾਂ ਟੀਵੀ ਦੇਖ ਰਹੇ ਹਾਂ, ਚਾਹੇ ਕੁਛ ਕਰ ਰਹੇ ਹਾਂ, ਆਪਣੇ ਫੇਸ ਦੇ ਉੱਤੇ ਰੁਮਾਲ ਬੰਨ੍ਹ ਕੇ ਰੱਖਣ। ਜ਼ਰੂਰੀ ਨਹੀਂ ਕਿ ਮਾਸਕ ਹੀ ਅਸੀਂ ਕਰਨਾ ਆ, ਰੁਮਾਲ ਬੰਨ੍ਹ ਕੇ ਰੱਖਣ ਤਾਂ ਕਿ ਜਿਹੜਾ ਸਾਡਾ ਜਿਹੜਾ ਸਾਹ ਆ ਉਹ ਪੂਰਾ ਹੋਵੇ। ਉਹਨੂੰ ਮਿੰਟ ਬਾਅਦ ਧੋਂਦੇ ਰਹਿਣ, ਧੋ ਕੇ ਉਹਨੂੰ ਗਿੱਲਾ ਰੁਮਾਲ ਰੱਖਣ, ਕਿਸੇ ਤਰੀਕੇ ਦਾ ਇਹੋ ਜਿਹੀ ਕੋਈ ਜਿਹੜਾ ਵਾ ਬਾਹਰ ਨਾ ਫਿਰਨ। ਅੰਮ੍ਰਿਤਸਰ ਤੋਂ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।